ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ। ਕਿਵੇਂ ਹੋ ਸਾਰੇ? ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ। ਤੇ ਅੱਜ ਅਸੀਂ ਤੁਹਾਡੇ ਨਾਲ ਥੋੜੀ ਜਿਹੀ ਖੁਸ਼ੀ ਦੀ ਵੀਡੀਓ ਸ਼ੇਅਰ ਕਰਨ ਲੱਗੇ ਆ, ਕਿਉਂਕਿ ਅੱਜ ਅਸੀਂ ਲਿਆਂਦੀ ਹੈ ਨਵੀਂ ਸਿਲਾਈ ਮਸ਼ੀਨ। ਪਹਿਲਾਂ ਵੀ ਸਾਡੇ ਕੋਲ ਸੀਗੀ ਮਸ਼ੀਨ, ਪਰ ਉਹ ਮੋਟਰ ਤੋਂ ਬਗੈਰ ਸੀ। ਇਹ ਅਸੀਂ ਮੋਟਰ ਵਾਲੀ ਲਿਆਂਦੀ ਆ, ਆਓ ਤੁਹਾਨੂੰ ਦਿਖਾਉਣੇ ਆ ਮਸ਼ੀਨ। ਅਸੀਂ ਲਿਆਂਦੀ ਆ ਰੇਨੂ ਕੰਪਨੀ ਦੀ ਮਸ਼ੀਨ, ਸਾਨੂੰ ਕਿਸੇ ਨੇ ਦੱਸਿਆ ਵੀ ਇਹ ਬਹੁਤ ਵਧੀਆ ਕੰਪਨੀ ਆ ਅਤੇ ਵਧੀਆ ਚੱਲਦੀ ਆ। ਬਾਕੀ ਤਾਂ ਉਹ ਚੀਜ਼ ਦੇ ਚੱਲੇ ਤੋਂ ਪਤਾ ਲੱਗਦਾ ਵੀ ਕਿਵੇਂ ਦੀ ਹੁੰਦੀ ਹੈ ਅਤੇ ਕਿਵੇਂ ਚੱਲਦੀ ਆ। ਵਾਰੰਟੀ ਆ, ਇੱਕ ਸਾਲ ਦੇ ਅੰਦਰ ਅੰਦਰ ਜੇ ਕੋਈ ਵੀ ਮਸ਼ੀਨ 'ਚ ਖਰਾਬੀ ਆਈ ਤਾਂ ਉਹ ਠੀਕ ਕਰਕੇ ਦੇਣਗੇ। ਜਿਹੜੀ ਮੋਟਰ ਆ ਉਹਦੀ ਇੱਕ ਸਾਲ ਦੀ ਗਰੰਟੀ ਆ, ਜੇ ਇੱਕ ਸਾਲ ਦੇ ਅੰਦਰ ਕੋਈ ਵੀ ਇਹ 'ਚ ਖਰਾਬੀ ਆਈ ਜਾਂ ਸੜ ਗਈ ਤਾਂ ਮੋਟਰ ਨਵੀਂ ਦੇਣਗੇ। ਇਹਦੇ ਨਾਲ ਹੈਗੇ ਪੈਰ, ਇਹਦੇ ਵਿੱਚ ਸਮਾਨ ਆ, ਪੇਚਕਸ ਆ, ਤੇਲ ਆ, ਐਂਚੀ ਟੇਪ ਆ, ਸੂਈਆਂ, ਥੋੜਾ ਜਿਹਾ ਸਮਾਨ ਆ ਹਜੇ ਇਹਦੀ ਸੈਟਿੰਗ ਕਰਨ ਵਾਲੀ, ਉੱਪਰ ਲਾਉਣ ਵਾਲਾ ਹੈ, ਰੀਲ ਵਾਲਾ ਹੈ। ਅਤੇ ਉਹਨਾਂ ਨੇ ਸਾਨੂੰ ਦੱਸਿਆ ਮਸ਼ੀਨ ਵਾਲਿਆਂ ਨੇ, ਉਹ ਕਹਿੰਦੇ ਜਿਹੜੀ ਤਾਂ ਮਸ਼ੀਨ ਆ ਉਹਨੂੰ ਤਾਂ ਤੁਸੀਂ ਲਾਉਣਾ ਮਸ਼ੀਨ ਦਾ ਅਤੇ ਮਗਲੈਲ ਤੇਲ ਦੋਨੇ ਮਿਕਸ ਕਰਕੇ ਉਹ ਲਾਉਣਾ ਹੈ, ਅਤੇ ਜਿਹੜਾ ਇਹਦਾ ਸਿਗਨਲ ਆ ਉਹਦੇ 'ਤੇ ਤੁਸੀਂ ਸਿਰਫ ਇਕੱਲਾ ਮਸ਼ੀਨ ਦਾ ਤੇਲ ਹੀ ਲਾਉਣਾ ਹੈ। ਅਤੇ ਉਹ ਕਹਿੰਦੇ ਡੇਲੀ ਲਾਓ 2 ਟਾਈਮ ਸਵੇਰੇ ਸ਼ਾਮ, ਫਿਰ ਵਧੀਆ ਚੱਲਦੀ ਹੈ ਮਸ਼ੀਨ। ਬਾਕੀ ਚੀਜ਼ ਦੇ ਚੱਲੇ ਤੋਂ ਪਤਾ ਲੱਗਦਾ ਹੈ। ਇਹ ਅਸੀਂ ਲਿਆਂਦਾ ਫੱਟਾ, ਫੱਟਾ ਬਹੁਤ ਜ਼ਿਆਦਾ ਵਧੀਆ ਭਾਰਾ ਹੈ। ਅਤੇ ਮਸ਼ੀਨ ਵਾਲੇ ਨੇ ਆਖਿਆ ਵੀ ਤੁਸੀਂ ਵਾਈਟ ਕਲਰ ਦੀ ਪਲਾਈ ਵਾਲਾ ਲਓ ਫੱਟਾ, ਇਹਦੇ ਨਾਲ ਨਿਗਾਹ ਘੱਟ ਲੱਗਦੀ ਆ। ਇਹ ਸਾਡੀ ਪੁਰਾਣੀ ਮਸ਼ੀਨ ਸੀਗੀ, ਅਤੇ ਫੱਟਾ ਅਤੇ ਮਸ਼ੀਨ ਅਸੀਂ ਕਰਾਂਗੇ ਚੇਂਜ, ਪੈਰ ਅਸੀਂ ਉਹੀ ਰੱਖਾਂਗੇ ਕਿਉਂਕਿ ਪੈਰ ਬਹੁਤ ਵਧੀਆ ਪਏ ਆ। ਇਹ ਵੀ ਬਹੁਤ ਵਧੀਆ ਚੱਲਦੀ ਹੈ ਮਸ਼ੀਨ ਸਾਡੀ, ਕੋਈ ਖਰਾਬੀ ਨਹੀਂ ਇਹਦੇ ਵਿੱਚ, ਮੰਮੀ ਦੀ ਮਸ਼ੀਨ ਆ ਇਹ। ਆਓ ਹੁਣ ਅਸੀਂ ਮਸ਼ੀਨ 'ਤੇ ਫੱਟਾ ਕਰਦੇ ਹਾਂ ਚੇਂਜ। ਮਸ਼ੀਨ ਕਰ ਲਈ ਅਸੀਂ ਫਿੱਟ, ਮਸ਼ੀਨ ਆਪਾਂ ਪੂਰੀ ਤਰ੍ਹਾਂ ਫਿੱਟ ਕਰ ਲਈ ਆ, ਅਤੇ ਹੁਣ ਅਸੀਂ ਇਹਨੂੰ ਚਲਾਉਣ ਲੱਗਣਾ ਹੈ। ਮਸ਼ੀਨ ਨੂੰ ਫਿੱਟ ਕਰਨ ਤੋਂ ਪਹਿਲਾਂ ਅਸੀਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਰੱਖ ਲਈ ਸੀਗੀ, ਅਤੇ ਇਹਨੂੰ ਚਾਲੂ ਕਰਨ ਤੋਂ ਪਹਿਲਾਂ ਅਸੀਂ ਪਹਿਲਾਂ ਦੇਗ ਵੰਡਾਂਗੇ, ਉਸ ਤੋਂ ਬਾਅਦ ਮਸ਼ੀਨ ਨੂੰ ਚਲਾਵਾਂਗੇ। ਆਓ